ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਫਾਇਰ ਅਫਸਰ। ਵਿਜੀਲੈਂਸ ਦੀ ਟੀਮ ਨੇ ਵਛਾਇਆ ਸੀ ਜਾਲ, 40,000 ਦੀ ਰਿਸ਼ਵਤ ਲੈਂਦਾ ਹੋਇਆ ਕਾਬੂ। ਤਾਂ ਦੱਸ ਦਈਏ ਕਿ ਇੱਕ ਰਿਸ਼ਵਤ ਲੈਂਦਾ ਫਾਇਰ ਅਫਸਰ ਵਿਜੀਲੈਂਸ ਦੀ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ, ਜਿੱਥੇ ਇਹ ਅਫਸਰ 40,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਪੂਰਾ ਮਾਮਲਾ ਬਰਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੋਟਲ ਮਾਲਕ ਦੇ ਵੱਲੋਂ NOC ਲੈਣੀ ਸੀ, ਤਾਂ ਇਸ ਦੇ ਬਦਲੇ ਇਸ ਫਾਇਰ ਅਫਸਰ ਦੇ ਵੱਲੋਂ 50,000 ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਤਾਂ ਫਿਰ ਉਸਨੇ 40,000 ਰੁਪਏ ਦੇ ਵਿੱਚ ਸੌਦਾ ਤੈਅ ਕੀਤਾ, ਜਿਸ ਤੋਂ ਬਾਅਦ ਹੋਟਲ ਮਾਲਕ ਦੇ ਵੱਲੋਂ ਇਸ ਅਫਸਰ ਦੀ ਸ਼ਿਕਾਇਤ ਹੈ ਜਿਹੜੀ ਉਹ ਵਿਜੀਲੈਂਸ ਦੀ ਟੀਮ ਨੂੰ ਕੀਤੀ ਗਈ। ਤਾਂ ਫਿਰ ਵਿਜੀਲੈਂਸ ਦੀ ਟੀਮ ਦੇ ਵੱਲੋਂ ਇੱਕ ਜਾਲ ਵਿਛਾਇਆ ਜਾਂਦਾ ਹੈ, ਜਿਸ ਦੇ ਵਿੱਚ ਉਹ ਪੂਰੇ ਪੈਸੇ ਲੈ ਕੇ ਇਸ ਫਾਇਰ ਅਫਸਰ ਦੇ ਕੋਲ ਜਾਂਦਾ ਹੈ। ਤਾਂ ਜਿਵੇਂ ਇਹ ਅਫਸਰ ਨੂੰ ਪੈਸੇ ਦਿੰਦਾ ਹੈ ਤਾਂ ਮੌਕੇ 'ਤੇ ਵਿਜੀਲੈਂਸ ਦੀ ਟੀਮ ਪਹੁੰਚ ਜਾਂਦੀ ਹੈ। ਤਾਂ ਦੋ ਸਰਕਾਰੀ ਗਵਾਹ ਹੁੰਦੇ ਨੇ ਜਿਨ੍ਹਾਂ ਦੇ ਮੂਹਰੇ ਇਹ ਰਿਸ਼ਵਤ ਲੈਂਦਾ ਰੰਗੇ ਹੱਥੀ ਫੜਿਆ ਜਾਂਦਾ, ਜਿਸ ਤੋਂ ਬਾਅਦ ਵਿਜੀਲੈਂਸ ਦੀ ਟੀਮ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ਼ ਗ੍ਰਿਫਤਾਰੀਆਂ ਕਰ ਰਹੀ ਹੈ, ਜਿੱਥੇ ਕਿ ਕੋਈ ਵੀ ਸਰਕਾਰੀ ਅਫਸਰ ਲੋਕਾਂ ਤੋਂ ਜਿੱਥੇ ਰਿਸ਼ਵਤ ਮੰਗਦਾ ਹੈ ਤਾਂ ਸ਼ਿਕਾਇਤ ਦੇ ਆਧਾਰ 'ਤੇ ਉਹਨਾਂ ਦੇ ਵੱਲੋਂ ਮੌਕੇ 'ਤੇ ਪਹੁੰਚ ਕੇ ਰੰਗੀ ਹੱਥੀ ਇਹਨਾਂ ਅਫਸਰਾਂ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਇੱਥੇ ਇਹ ਫਾਇਰ ਅਫਸਰ ਸੀ ਜੋ ਕਿ ਹੋਟਲ ਦੀ NOC ਦੇ ਬਦਲੇ 50,000 ਰੁਪਏ ਦੀ ਪਹਿਲਾਂ ਇਸਦੇ ਵੱਲੋਂ ਰਿਸ਼ਵਤ ਮੰਗੀ ਗਈ ਅਤੇ ਫਿਰ 40,000 ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਤਾਂ ਜਿਵੇਂ ਹੀ ਇਹ ਹੋਟਲ ਮਾਲਕ ਮੌਕੇ 'ਤੇ ਉਸਨੂੰ ਰਿਸ਼ਵਤ ਦੇਣ ਪਹੁੰਚਦਾ ਹੈ ਤਾਂ ਮੌਕੇ 'ਤੇ ਹੀ ਉੱਥੇ ਵਿਜੀਲੈਂਸ ਦੀ ਟੀਮ ਆਉਂਦੀ ਹੈ ਜਿਨ੍ਹਾਂ ਦੇ ਵੱਲੋਂ ਇਸ ਅਫਸਰ ਨੂੰ ਕਾਬੂ ਕਰ ਲਿਆ ਗਿਆ। ਜੀ, ਤਰਸੇਮ ਸਿੰਘ ਇਹਦਾ ਨਾਮ ਹੈ ਜੀ। ਇਹ ਫਾਇਰ ਅਫਸਰ ਬਰਨਾਲਾ ਵਿਖੇ ਪੋਸਟਡ ਆ ਬੰਦਾ। ਇਹਦੇ ਕੋਲ ਹਰਦੇਵ ਸਿੰਘ ਸਾਡੇ ਜਿਹੜੇ ਹੈਗੇ ਨੇ ਐਪਲੀਕੈਂਟ, ਮਤਲਬ ਕੰਪਲੇਂਟੈਂਟ, ਉਹ ਗਏ ਸੀ NOC ਲੈਣ ਬਦਲੇ। NOC ਜਾਰੀ ਕਰਨ ਬਦਲੇ ਇਸ ਬੰਦੇ ਨੇ 50,000 ਰੁਪਏ ਉਹਦੇ ਵਿੱਚੋਂ ਮੰਗ ਰੱਖੀ ਸੀ ਉਹਨਾਂ ਤੋਂ ਵੀ। ਉਹਨਾਂ ਨੇ ਕਿਹਾ ਵੀ ਨਹੀਂ ਯਾਰ, ਇਹ ਗਲਤ ਹੈ, ਅਸੀਂ ਇੰਨੇ ਨਹੀਂ ਦੇ ਸਕਦੇ। ਇਹ ਬੰਦਾ ਫਿਰ ਕਹਿੰਦਾ ਵੀ 40,000 ਰੁਪਏ ਲਿਓ, ਤੁਹਾਨੂੰ ਫਿਰ NOC ਜਾਰੀ ਕਰੋ। ਉਹਨਾਂ ਨੇ ਹੋਟਲ ਵਗੈਰਾ ਉੱਥੇ ਬਣਾਉਣਾ, ਉਹਦੇ ਬਦਲੇ ਮਤਲਬ 40,000 ਰੁਪਏ ਅੱਜ ਅਸੀਂ ਰੈੱਡ ਹੈਂਡਡ ਇਹਨੂੰ ਸਰਕਾਰੀ ਗਵਾਹ ਦੀ ਹਾਜ਼ਰੀ ਵਿੱਚ ਟ੍ਰੈਪ ਲੈਂਦੇ ਗ੍ਰਿਫਤਾਰ ਕਰ ਲਿਆ। ਇਹ ਸੁਨਾਮ ਦੇ ਨੇ ਜੀ। ਇਹ ਸੁਨਾਮ ਦੇ ਨੇ ਜੀ, ਜਿਹੜੇ ਹਰਦੇਵ ਸਿੰਘ ਸੁਨਾਮ ਦੇ ਪ੍ਰੋਪਰ ਰੈਜੀਡੈਂਟ ਨੇ। ਇਹਨਾਂ ਨੇ ਦਾਣਾ ਮੰਡੀ ਦੇ ਸਾਹਮਣੇ ਇੱਥੇ ਕੋਈ ਪਰਚੇਜ ਕੀਤਾ ਪਲਾਟ ਜੀ, ਉੱਥੇ ਹੋਟਲ ਬਣਾ ਰਹੇ ਸੀ ਜਾਣੀ। ਉਹ ਹੋਟਲ ਦੀ ਇਹ ਸ਼ਰਤ ਆ ਵੀ ਪਹਿਲਾਂ ਫੈਰ NOC ਪ੍ਰਾਪਤ ਕਰੋ ਜੀ ਤੁਸੀਂ। ਉਹ ਤਾਂ ਇਹਨਾਂ ਦਾ ਲਿੰਕ 'ਚ ਆਏ, ਉਹਨੇ ਮਤਲਬ 50,000 ਰੁਪਏ ਇਹਨਾਂ ਤੋਂ ਡਿਮਾਂਡ ਕੀਤੀ। 40,000 ਰੁਪਏ ਆਪਾਂ ਰੈੱਡ ਹੈਂਡਡ ਇਹਨਾਂ ਨੂੰ ਅੱਜ ਟ੍ਰੈਪ ਕਰਦੇ ਅਰੈਸਟ ਕੀਤਾ ਜੀ। ਇਹ ਬਰਨਾਲੇ ਦੇ ਉੱਤੇ ਤਨਾਤ? ਹਾਂਜੀ, ਬਰਨਾਲੇ ਫਾਇਰ ਅਫਸਰ ਬਰਨਾਲਾ ਵਿਖੇ ਤਨਾਤ ਨੇ ਜੀ। ਬਰਾਮਦੀ ਹੋਈ ਸਰ? ਹਾਂ, 40,000 ਰੁਪਏ ਮੁੱਖ ਤੋਂ ਬਰਾਮਦ ਹੋ ਗਏ ਜੀ। ਜ਼ਿਲ੍ਹੇ ਦੇ ਇੰਚਾਰਜ ਨੇ, ਜ਼ਿਲ੍ਹਾ ਫਾਇਰ ਅਫਸਰ ਨੇ। ਅਗਲੀ ਕਾਰਵਾਈ ਸਰ? ਅਗਲੀ ਹੁਣ FIR ਲੌਜ ਕਰਕੇ ਜੀ ਕੱਲ੍ਹ ਨੂੰ ਮਾਣਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਂਗੇ। ਜੋ ਵੀ ਅੱਗੇ ਤਫਤੀਸ਼ ਆਊਗਾ ਉਸ ਅਨੁਸਾਰ ਫਿਰ ਜੁਰਮ ਦੀ ਵਾਧਾ ਕਰਾਂਗੇ। ਅਤੇ ਸਰ ਹੋਰ ਆਪਾਂ ਪਬਲਿਕ ਨੂੰ ਕੀ ਅਪੀਲ ਕਰਨਾ ਚਾਹਾਂਗੇ ਭ੍ਰਿਸ਼ਟਾਚਾਰ? ਅਸੀਂ ਮੇਰੀ ਸਮੂਹ ਪਬਲਿਕ ਨੂੰ ਤੁਹਾਡੇ ਥਰੂ ਇਹ ਰਿਕੁਐਸਟ ਹੈ, ਕੋਈ ਵੀ ਅਧਿਕਾਰੀ ਕਰਮਚਾਰੀ ਕਿਸੇ ਵੀ ਮਹਿਕਮੇ ਦਾ, ਕੋਈ ਵੀ ਤੁਹਾਡੇ ਤੋਂ 5 ਪੈਸੇ ਮੰਗਦਾ, 10 ਰੁਪਏ ਕਿਸੇ ਵੀ ਕੰਮ ਬਦਲੇ ਮੰਗਦਾ, ਸਾਡੇ ਕੋਲ ਆਓ 24 ਘੰਟੇ। ਸ਼ਨੀਵਾਰ ਐਤਵਾਰ ਕੋਈ ਸਾਨੂੰ ਛੁੱਟੀ ਨਹੀਂ, ਰਾਤ ਦਿਨ ਸਾਨੂੰ ਇਤਲਾਹ ਦਿਓ। ਸਾਡੇ ਨੰਬਰ ਦਿੱਤੇ ਹੋਏ ਨੇ ਜੀ ਉਹਨਾਂ ਨੂੰ, ਅਤੇ ਵੈਲਕਮ ਹੈ, ਅਸੀਂ ਕਾਰਵਾਈ ਕਰਾਂਗੇ ਤੁਰੰਤ।